केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਪੰਜਾਬ ਪੁਲਿਸ ਦੇ ਬੜੇ ਹੀ ਕਾਬਿਲ ਅਤੇ ਇਮਾਨਦਾਰ ਅਫਸਰ ਸ਼੍ਰੀ ਸੁਰਿੰਦਰ ਕੁਮਾਰ PPS ਨੇ ਅੱਜ ਆਦਮਪੁਰ ਦਿਹਾਤੀ ਤੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਆਪਣਾ ਚਾਰ ਸੰਭਾਲਦੇ ਹੀ ਸ਼੍ਰੀ ਸੁਰਿੰਦਰ ਕੁਮਾਰ ਨੇ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਏਰੀਏ 'ਚ ਨਾ ਤਾਂ ਨਸ਼ਾ ਵਿਕਣ ਦੇਣਗੇ ਅਤੇ ਨਾ ਹੀ ਨਸ਼ੇ ਦਾ ਕਿਸੇ ਨੂੰ ਸੇਵਨ ਕਰਨ ਦੇਣਗੇ। ਉਹਨਾਂ ਕਿਹਾ ਕਿ ਮੇਰਾ ਮੁੱਖ ਟੀਚਾ ਆਪਣੇ ਏਰੀਏ ਨੂੰ ਡਰੱਗ ਫ੍ਰੀ ਬਣਾਉਣਾ ਹੈ। ਸ਼੍ਰੀ ਸੁਰਿੰਦਰ ਕੁਮਾਰ ਦਾ ਮੰਨਣਾ ਹੈ ਕਿ 70% ਕ੍ਰਾਈਮ ਨਸ਼ਿਆਂ ਦੇ ਆਦੀ ਵਿਅਕਤੀਆਂ ਵੱਲੋਂ ਹੀ ਅੰਜਾਮ ਹੁੰਦਾ ਹੈ ਅਤੇ ਜੇਕਰ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਜਾਵੇ ਤਾਂ ਕ੍ਰਾਈਮ ਖੁਦ ਬ ਖੁਦ ਖਤਮ ਹੋ ਜਾਵੇਗਾ। ਸ਼੍ਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਏਰੀਏ ਨਾਲ ਸੰਬੰਧਿਤ ਡਰੱਗ ਅਤੇ ਕ੍ਰਾਈਮ ਦਾ ਵੇਰਵਾ ਆਪਣੇ ਥਾਣਿਆਂ ਕੋਲੋਂ ਮੰਗਵਾ ਲਿਆ ਹੈ ਅਤੇ ਸਾਰਿਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ ਕਿ ਨਸ਼ਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਅੱਜ ਜੁਆਇਨਿੰਗ ਬਾਰੇ, ਹਾਂਜੀ, ਮੈਂ DSP ਆਦਮਪੁਰ ਜੁਆਇਨ ਕੀਤਾ ਤਾਂ ਇਸ ਤੋਂ ਪਹਿਲਾਂ ਮੈਂ ਮੀਟਿੰਗ ਕੀਤੀ ਸਾਰੇ ਵਾਲੇ SHO ਨਾਲ, ਆਪਣੇ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਆ ਅਤੇ ਜੋ ਆਪਣੇ ਜਿਸ ਤਰੀਕੇ ਦਾ ਕ੍ਰਾਈਮ ਹੈ ਡਰੱਗ ਸੰਬੰਧੀ ਸਾਰਾ ਮੈਂ ਵੇਰਵਾ ਲੈ ਲਿਆ ਹੈਗਾ ਔਰ ਮੈਂ ਜੋ ਸੀਨੀਅਰ ਸਬਲੋਗ ਨੂੰ ਹਦਾਇਤ ਹੋਈ ਹੈ ਮੈਂ ਸਾਰੇ ਨਾਲ ਹਦਾਇਤ ਵੀ ਕਰ ਦਿੱਤੀ ਆ ਕਿ ਬਿਲਕੁਲ ਸਖ਼ਤੀ ਨਾਲ ਆਪਾਂ ਡਰੱਗ ਦੇ ਸੰਬੰਧੀ ਆਪਾਂ ਸੈਕਸ਼ਨ ਲੈਣਾ ਹੈਗਾ ਤਾਂ ਔਰ ਜਿਹੜਾ ਮੈਂ ਡਰੱਗ ਨੂੰ ਵੇਚਦੀ ਆ ਉਹਨੂੰ ਮੈਂ ਪੂਰੀ ਤਾੜਨਾ ਦਿੰਦਾ, ਉਹਨੂੰ ਮੈਂ ਇੱਕ ਵਾਰੀ ਵਾਰਨਿੰਗ ਦਿੰਦਾ ਇਸ ਕੰਮ ਨੂੰ ਛੱਡ ਕੇ ਆਪਣੇ ਸਿੱਧੇ ਰਸਤੇ 'ਤੇ ਆ ਜਾਓ, ਨਹੀਂ ਤਾਂ ਫਿਰ ਅਸੀਂ ਜੋ ਪੁਲਿਸ ਦੀ ਪ੍ਰੋਪਰ ਕਾਰਵਾਈ ਉਹ ਕਰਾਂਗੇ। ਜਿਹੜੇ ਸਾਡੇ ਬੱਚੇ ਜਿਹੜੇ ਡਰੱਗਸ ਲੈਣ ਦੇ ਵਿੱਚ ਉਸ ਵੇਲੇ ਮਸ਼ਹੂਰ ਹੋ ਗਏ ਆ ਉਹਨਾਂ ਨੂੰ ਮੈਂ ਕਹਿੰਦਾ ਵੀ ਅਸੀਂ ਉਹਦੇ ਨਾਲ ਹੈਗੇ, ਆਪਾਂ ਇਲਾਜ ਕਰਾਓ, ਅਸੀਂ ਉਹਨਾਂ ਜੋ ਸਰਕਾਰ ਵੱਲੋਂ ਜੋ ਅਸੀਂ ਫੈਸਿਲਿਟੀ ਦੇ ਸਕਦੇ ਉਹਨੂੰ ਫੈਸਿਲਿਟੀ ਦੇਵਾਂਗੇ, ਉਹਨੂੰ ਬਿਲਕੁਲ ਬਿਲਕੁਲ ਸਿੱਧੇ ਰਸਤੇ ਲੈ ਕੇ ਆਵਾਂਗੇ ਔਰ ਪਬਲਿਕ ਨੂੰ ਮੈਂ ਕਹਿੰਦਾ ਵੀ ਇਸ ਸੰਬੰਧ ਸਾਨੂੰ ਪੂਰਾ ਸਹਿਯੋਗ ਦੇਣ ਤਾਂ ਕਿ ਅਸੀਂ ਪੂਰੇ ਜੜ ਤੋਂ ਖਤਮ ਕਰ ਸਕੀਏ ਡਰੱਗ ਨੂੰ ਔਰ ਅਸੀਂ ਆਪਣੇ ਪੂਰੇ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ। ਦੇਸ਼ ਵਿਦੇਸ਼ ਔਰ ਆਪਣੇ ਸ਼ਹਿਰ ਕੀ ਲੋਕਲ ਖਬਰ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰੇ ਔਰ ਘੰਟੀ ਕੇ ਬਟਨ ਕੋ ਜ਼ਰੂਰ ਦਬਾਏ। ਆਪਕਾ ਮਨਪਸੰਦ ਨਿਊਜ਼ ਚੈਨਲ KPD ਨਿਊਜ਼, ਹਕ ਸੱਚ ਔਰ ਇਨਸਾਫ ਕੀ ਆਵਾਜ਼ ਆਪਕੋ ਰੱਖੇ ਸਭ ਸੇ ਆਗੇ।